ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਪੰਥਕ ਸ਼ਖਸੀਅਤਾਂ ਵੱਲੋਂ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜੋ ਹੁਣੇ ਹੋਏ ਜਥੇਦਾਰ ਨਿਯੁਕਤ ਕੀਤੇ ਗਏ ਨੇ ਸਿੰਘ ਸਾਹਿਬਗਾਨੀ ਰਣਜੀਤ ਸਿੰਘ ਜੀ ਗੋਹਰੇ ਮਸ਼ਕੀਨ, ਅੱਜ ਉਹ ਸੱਚਖੰਡ ਸਿੰਘ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਇੱਥੇ ਆਏ ਨੇ ਔਰ ਉਹਨਾਂ ਦਾ ਸਨਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਵੀ ਕੀਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੀਤਾ ਗਿਆ, ਹੋਰ ਵੱਖ ਵੱਖ ਜਿਹੜੀਆਂ ਸੰਸਥਾਵਾਂ ਇੱਥੇ ਆਈਆਂ ਸਾਰੀਆਂ ਵੱਖੋ ਵੱਖਰੀ ਸੰਸਥਾਵਾਂ ਵੱਲੋਂ ਅੱਜ ਉਹਨਾਂ ਦਾ ਸਨਮਾਨ ਕੀਤਾ ਗਿਆ। ਸਾਨੂੰ ਸਤਿਗੁਰੂ ਮਹਾਰਾਜ ਮਿਹਰ ਕਰਨਗੇ ਕਿ ਬਹੁਤ ਹੀ ਸਾਡੇ ਵਿਦਵਾਨ ਅਤੇ ਬੜੇ ਸਾਡੇ ਉੱਘੇ ਪ੍ਰਚਾਰਕ ਨੇ ਜਿਹੜੇ ਸਿੱਖ ਕੌਮ ਦੇ, ਉਹਨਾਂ ਨੂੰ ਇੱਕ ਬਹੁਤ ਵੱਡਾ ਮਾਣ ਕੌਮ ਨੇ ਬਖਸ਼ਿਆ। ਸਾਨੂੰ ਇਹਨਾਂ ਦੇ ਉੱਤੇ ਬੜੀਆਂ ਆਸਾਂ ਨੇ ਕਿ ਉਹ ਪੰਥ ਦੀ ਸੇਵਾ ਕਰਨਗੇ, ਹਮੇਸ਼ਾ ਪੰਥ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਲਈ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਹੋਵੇਗਾ। ਇਹ ਇਹਦੇ 'ਚ ਮੇਰੀ ਕੋਈ ਯੋਗਤਾ ਕਾਬਲੀਅਤ ਨਹੀਂ ਹੈ, ਇਹ ਗੁਰੂ ਪੰਥ ਦੀ ਨਿਵਾਜਿਸ਼ ਹੈ। ਗੁਰੂ ਪੰਥ ਹਮੇਸ਼ਾ ਮੁੱਢ ਕਦੀਮਾਂ ਤੋਂ ਨਿਮਾਣੇ ਸੇਵਕਾਂ ਨੂੰ ਨਿਵਾਜਦਾ ਆਇਆ ਅਤੇ ਮੈਨੂੰ ਵੀ ਇੱਕ ਆਮ ਪ੍ਰਚਾਰਕ ਨੂੰ ਨਿਵਾਜਿਆ ਗਿਆ ਔਰ ਬਹੁਤ ਵੱਡੀ ਗੱਲ ਹੈ। ਅਕਾਲ ਤਖ਼ਤ ਸਾਹਿਬ ਦੀ ਬਰਕਤ ਹੈ, ਅਸੀਸ ਹੈ, ਸਦਾ ਹੀ ਨਿਵਾਜਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।